ਉਹ ਲੰਗਰ ਤਾਂ ਮਾਸ਼ਾਅੱਲਾ ਜਿਹੜਾ ਵਸੀਹ ਇੰਤਜ਼ਾਮ ਆ ਮਾਸ਼ਾਅੱਲਾ। ਹਾਂਜੀ, ਤੇ ਸ਼ਹਿਰ ਜਿਹੜਾ ਮੈਂ ਪਹੁੰਚਿਆ ਔਰ ਮਸਾਲਾ ਜਿਹੜਾ ਦੇਖ ਵਾਸਤੇ ਜਿਹੜਾ ਲੈ ਰਿਹਾ 2 ਕਿਲੋ ਜਿਹੜਾ ਪਿਆਜ਼, ਸਬਜ਼ ਮਰਚ 1/2 ਕਿਲੋ, ਨਾਲ ਜਿਹੜਾ ਟਮਾਟਰ 1 ਕਿਲੋ ਔਰ ਅਦਰਕ ਲਸਣ ਜਿਹੜਾ ਇਹ ਲੈਣੀ। ਸਬਜ਼ ਦਣੀਆਂ ਤਾਂ ਬਾਈ ਤਾਰੇ ਕੋਈ ਨਹੀਂ ਹੋਣਾ ਇਸ ਟਾਈਮ ਜਿਹੜਾ, ਸੈਕਿੰਡ ਟਾਈਮ ਜਿਹੜਾ ਬੜਾ ਮੁਸ਼ਕਿਲ ਨਾਲ ਜਿਹੜਾ ਮਿਲਦਾ। ਖਤਮ ਪੜੀ ਗਿਆ, ਅਸੀਂ ਵੀ ਜਿਹੜਾ ਚੱਲੇ ਹੁਣ ਘਰ ਵਾਪਸ ਚੱਲੀਏ ਬਾਈ ਹੁਣ ਫਿਰ ਹਾਂ ਕੁਝ ਦਾ ਘੰਟਾ ਜਿਹੜਾ ਰੁਕਣੇ ਆ, ਬਾਕੀ ਮਹਿਮਾਨਾਂ ਨੂੰ ਜਿਹੜਾ ਖਾਣਾ ਤਕਸੀਮ ਕਰਕੇ ਜਿਹੜਾ ਆਇਆ, ਮਹਿਮਾਨ ਜਿਹੜਾ ਖਾਣਾ ਜਿਹੜਾ ਖਾ ਰਹੇ ਨੇ ਤੇ ਅਸੀਂ ਵੀ ਜਿਹੜਾ ਹੁਣ ਜਾਣ ਦੀ ਜਿਹੜਾ ਕਰਨੇ ਆ ਤਿਆਰੀ, ਕਿਉਂਕਿ ਟਾਈਮ ਹੀ ਤਕਰੀਬਨ ਜਿਹੜਾ 4 ਦਾ ਹੋਣ ਵਾਲਾ। ਔਰ ਅਮੀਨ ਬਾਈ ਜਿਹੜਾ ਮੈਨੂੰ ਮਿਲ ਗਿਆ ਸਾਹਮਣੇ ਜਿਹੜਾ ਆ ਰਹੇ ਨੇ ਔਰ ਇਹਨਾਂ ਨੂੰ ਜਿਹੜਾ ਕਹਿ ਰਹੇ, ਕਿਉਂਕਿ ਜਿਹੜਾ ਮੱਝਾਂ ਵਗੈਰਾ ਜਿਹੜਾ ਬਾਈ ਹੋਰਾਂ ਕੋਲ ਮਾਸ਼ਾਅੱਲਾ ਜਿਹੜਾ ਕਾਫੀ ਸਾਰੀਆਂ ਨੇ, ਇਸ ਕਰਕੇ ਬੜਾ ਲੱਭਿਆ ਤੈਨੂੰ ਪੂਰਾ ਪਹਿਲੇ ਪਿੰਡ ਲੱਭਿਆ, ਬਾਅਦ ਵਿੱਚ ਜਿਹੜਾ ਪਤਾ ਚੱਲਿਆ ਇੱਥੇ ਮਕਈ ਜਿਹੜਾ ਬਣਾਉਣ ਆਇਆ। ਸੁਬਾ ਬਾਈ ਜਾਨ ਜਿਹੜਾ ਦੇਗ ਪਕਾਣੀ ਆ ਕਿਸ ਟਾਈਮ ਕੋਲ, ਮੈਂ ਤਾਂ ਕਹਿੰਦਾ ਸੈਕਿੰਡ ਟਾਈਮ ਸਹੀ ਰਸੀ ਆ ਸਾਂਝੇ ਨਹੀਂ ਪਿਛਲੇ ਟਾਈਮ ਮੋ 2 ਵਜੇ ਤੋਂ ਪਿੱਛੇ ਆ 2 ਵਜੇ ਪਿੱਛੇ ਪਿੱਛੇ ਆ ਜਾਏ ਠੀਕ। ਚੱਕਰ ਜਿਹੜਾ ਲਾ ਕੇ ਫਿਰ ਜਿਹੜਾ ਘਰ ਜਾਣਾ ਪੈਂਦਾ, ਇੱਥੋਂ ਸਾਹਮਣੇ ਜਿਹੜਾ ਘਰ ਖੜੇ ਨੇ ਸਾਡੇ ਔਰ ਸ਼ਾਮ ਟਾਈਮ ਪਿੰਡ ਔਰ ਸਾਡੇ ਆ ਪਿੰਡ ਦਾ ਜਿਹੜਾ ਰਸਤਾ ਇੱਧਰ ਦੂਸਰੇ ਪਿੰਡ ਨੂੰ ਜਾਂਦਾ, ਸ਼ਹਿਰ ਨੂੰ ਨਹੀਂ ਜਾਂਦਾ, ਦੂਸਰੇ ਪਿੰਡ ਨੂੰ ਰਸਤਾ ਜਾਂਦਾ, ਪਿੰਡ ਦੇ ਵਿੱਚੋਂ ਦੂਸਰੇ ਪਿੰਡ ਨੂੰ ਰਸਤਾ ਜਾਂਦਾ, ਫਿਰ ਉਸ ਪਿੰਡ ਤੋਂ ਅਗਲੇ ਪਿੰਡ ਨੂੰ ਰਸਤਾ ਜਾਂਦਾ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ, ਗੁੱਡ ਮਾਰਨਿੰਗ, ਸੁਬਹ ਬਖੈਰ। ਔਰ ਬੇਗਮ ਵੀ ਜਿਹੜਾ ਰੋਟੀਆਂ ਜਿਹੜਾ ਬਣਾ ਰਹੀ ਆ ਗਰਮੋ ਗਰਮ, ਔਰ ਅਸੀਂ ਵੀ ਜਿਹੜਾ ਰੋਟੀ ਖਾ ਕੇ ਫਿਰ ਜਾਣ ਦੀ ਜਿਹੜਾ ਕਰਨੇ ਆ ਤਿਆਰੀ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ, ਤਨ ਜਿਹੜਾ ਘਰ ਦੇ ਕੰਮ ਕਰ ਲਏ ਸਾਰਾ ਖਤਮ, ਰੋਟੀਆਂ ਰਹਿ ਗਈਆਂ ਸੀ, ਹੁਣ ਰੋਟੀਆਂ ਜਿਹੜੀ ਬਣਾ ਲੈਣੇ, ਬਣਾ ਕੇ ਖਾ ਕੇ ਫਿਰ ਬੱਚਿਆਂ ਜਿਹੜਾ ਤਿਆਰ ਕਰ ਲਈ। ਹਾਂ, ਇਹਦਾ ਚਾਹ ਬਣ ਰਹੀ ਆ ਸਾਲਨ ਗਰਮ। ਅੱਛਾ, ਸਾਲਨ ਗਰਮ ਜਿਹੜਾ ਹੋ ਰਿਹਾ। ਔਰ ਮੈਂ ਵੀ ਸੁਬਹ ਸੁਬਹ ਜਿਹੜਾ ਗਾਰਡਨ ਦਾ ਕੁਝ ਥੋੜਾ ਬਹੁਤਾ ਜਿਹੜਾ ਕੰਮ ਕਰਨ ਵਾਲਾ ਸੀ ਉਹ ਕੀਤਾ, ਖੱਡੇ ਵਗੈਰਾ ਜਿਹੜੇ ਠੀਕ ਕੀਤੇ, ਨਾਲ ਤਾਂ ਕਚਰਾ ਵਗੈਰਾ ਜਿਹੜੇ ਸਾਫ਼ ਕਰਨਾ। ਔਰ ਅਸੀਂ ਵੀ ਜਿਹੜਾ ਇੰਤਜ਼ਾਰ ਕਰ ਰਹੇ ਹਾਂ ਦੁੱਧੀ ਬਾਈ ਦਾ, ਦੁੱਧੀ ਬਾਈ ਜਿਹੜਾ ਆ ਜਾਂਦਾ ਨਾ ਤੇ ਫਿਰ ਜਿਹੜਾ ਅਸੀਂ ਜਾਂਦੇ ਹਾਂ, ਜਾਣ ਦੀ ਤਿਆਰੀ ਕਰਨੇ ਕੋਲ ਖਤਮ ਤਾਂ ਜਿਹੜਾ 2 ਵਜੇ ਦਾ, ਲੇਕਿਨ ਜਿਹੜਾ ਅਸੀਂ ਜਿਹੜਾ ਇੱਥੋਂ ਟਾਈਮ ਨਾਲ ਜਿਹੜਾ ਨਿਕਲ ਜਾਵਾਂ ਤਾਂ ਕਿ ਜਿਹੜਾ 2-2.5 ਘੰਟੇ ਜਿਹੜਾ ਪਹਿਲੇ ਪਹੁੰਚ ਜਾਵੇ, ਤਾਂ ਕਿ ਜਿਹੜਾ ਕੰਮ ਵਗੈਰਾ ਕਾਫੀ ਸਾਰਾ ਉਹਨਾਂ ਨਾਲ ਜਿੰਨਾ ਹੋ ਸਕੇ ਕੰਮ ਜਿਹੜਾ ਉਹਨਾਂ ਦਾ ਹੈਲਪ ਜਿਹੜਾ ਇਹ ਕਰਾਂਗੇ। ਔਰ ਮੈਂ ਵੀ ਜਿਹੜਾ ਦੁਕਾਨ 'ਤੇ ਬੈਠਾ ਰੋਟੀ ਖਾਂਦੇ ਹਾਂ, ਦੁੱਧ ਵੀ ਇਨਸ਼ਾਅੱਲਾ ਜਿਹੜਾ ਆ ਜਾਂਦਾ 10-1 ਵਜੇ ਕੋਲ, ਤਕਰੀਬਨ 10-11 ਵਜੇ ਜਿਹੜਾ ਇੱਥੋਂ ਨਿਕਲ ਜਾਵਾਂਗੇ ਨਾ, 12 ਵਜੇ ਤੱਕ 2 ਘੰਟੇ ਜਿਹੜਾ ਪਹਿਲਾਂ ਜਿਹੜਾ ਪਹੁੰਚ ਜਾਵਾਂ, ਕਿਉਂਕਿ ਉੱਥੇ ਕੰਮ ਕਾਫੀ ਸਾਰਾ ਹੁੰਦਾ, ਕੋਈ ਤੰਬੂ ਲਵਾਉਣੇ ਜਾਂ ਮਹਿਮਾਨਾਂ ਨੂੰ ਖਾਣਾ ਪੀਣਾ ਖਵਾਉਣਾ, ਇਸੇ ਤਰ੍ਹਾਂ ਕਰਕੇ ਜਿਹੜਾ ਫਿਰ ਉੱਥੇ ਜਿਹੜਾ ਕੰਮ ਹੋਇਆ ਨਾਲ ਜਿਹੜਾ ਹੈਲਪ ਕਰਾਵਾਂਗੇ। ਹਾਂਜੀ, ਤੇ ਰੋਟੀ ਖਾ ਲਈ ਔਰ ਦੁੱਧ ਦੀ ਬਾਈ ਵੀ ਜਿਹੜਾ ਆ ਗਿਆ, ਦੁੱਧ ਜਿਹੜਾ ਲੈ ਲੈਂਦੇ ਹਾਂ, ਜਾਣ ਦੀ ਜਿਹੜਾ ਕਰਨੇ ਆ ਤਿਆਰੀ। ਹਾਂਜੀ, ਤੇ ਦੁੱਧ ਜਿਹੜਾ ਲੈ ਲਿਆ ਔਰ ਉਬਾਲ ਕੇ ਜਿਹੜਾ ਨਾਲ ਜਿਹੜਾ ਕਬੂਤਲੇ ਪਾ ਕੇ ਜਿਹੜਾ ਲਈ ਜਾਵਾਂਗੇ ਬੱਚਿਆਂ ਵਾਸਤੇ, ਬਾਕੀ ਜਿਹੜਾ ਉਬਾਲ ਕੇ ਗਰੇ ਜਿਹੜਾ ਰੱਖੀ ਜਾਵਾਂਗੇ। ਔਰ ਮੈਂ ਵੀ ਜਿਹੜਾ ਦੁਕਾਨ ਬੰਦ ਕਰਨੇ ਔਰ ਚੇਂਜ ਕਰਨੇ ਔਰ ਚੱਲਨੇ ਆ। ਹਾਂਜੀ, ਤੇ ਕੱਪੜੇ ਮੈਂ ਵੀ ਜਿਹੜਾ ਚੇਂਜ ਕਰ ਲਏ, ਬਾਕੀ ਬੱਚੇ ਵੀ ਜਿਹੜਾ ਤਿਆਰ ਹੋ ਗਏ ਔਰ ਸਾਡੀ ਜਾਣ ਦੀ ਜਿਹੜਾ ਹੋ ਗਿਆ ਤਿਆਰੀ। ਹਨੁਮਾਨ ਨੇ ਜਿਹੜਾ ਜੂਸ ਜਿਹੜਾ ਆਪਣੇ ਵਾਸਤੇ ਜਿਹੜਾ ਚਾਹ ਲਿਆ, ਚਲੀਏ ਚਲੋ ਠੀਕ ਹੋ ਗਿਆ। ਔਰ ਬੇਗਮ ਜਿਹੜੇ ਤਿਆਰ ਹੋ ਗਈ ਔਰ ਅਸੀਂ ਵੀ ਜਿਹੜਾ ਇਨਸ਼ਾਅੱਲਾ ਜਿਹੜਾ ਨਿਕਲਨੇ ਆ, ਸਫ਼ਰ ਵੀ ਜਿਹੜਾ ਤਕਰੀਬਨ ਜਿਹੜਾ ਇੱਥੇ ਸਾਨੂੰ ਘੰਟੇ ਜੁਮੇ ਦਾ ਅਸੀਂ ਪਹੁੰਚ ਜਾਵਾਂ, ਕਿਉਂਕਿ ਹਾਲੇ ਤੱਕ ਜਿਹੜਾ ਟਾਈਮ 11:30 ਦਾ ਹੋਇਆ, 2.5 ਘੰਟੇ ਜਿਹੜਾ ਖਤਮ ਵਿੱਚ ਜਿਹੜਾ ਪਏ ਨੇ, ਅਤੇ ਆਰਾਮ ਨਾਲ ਜਿਹੜਾ ਸਕੂਨ ਨਾਲ ਪਹੁੰਚ ਜਾਵਾਂਗੇ, 1.5 ਘੰਟੇ ਪਹਿਲਾਂ ਜਿਹੜਾ ਪਹੁੰਚ ਜਾਵਾਂਗੇ। ਔਰ ਅਗਲੇ ਦਿਨ ਤਾਂ ਜਿਹੜਾ ਅਸੀਂ ਪਰਸੋਂ ਜਿਸ ਟਾਈਮ ਗਏ ਸੀ ਨਾ, ਠੰਡ ਸੀ, ਬੱਦਲ ਸੀ, ਠੰਡੀ ਹਵਾ ਚੱਲ ਰਹੀ ਸੀ, ਲੇਕਿਨ ਅੱਜ ਸੁਬਹ ਸੁਬਹ ਜਿਹੜਾ ਮੌਸਮ ਠੰਡਾ, ਲੇਕਿਨ ਹੁਣ ਜਿਹੜਾ ਬੱਦਲ ਹਟ ਕੇ ਨਾ ਧੁੱਪ ਬਹੁਤ ਜ਼ਿਆਦਾ ਜਿਹੜਾ ਤੇਜ਼ ਨਿਕਲ ਆਈ ਹੈ। ਚਲੀਏ ਚਲੋ ਠੀਕ ਹੈ, ਚਲੀਏ ਰੋਟੀ ਪਾ ਤੀ ਡੌਗ ਨੂੰ। ਚਲੋ ਪਾਣੀ ਵੀ ਬਾਰਕ ਰੱਖਿਆ ਨੇ ਕੋਈ ਨੀ, ਚਲੋ ਠੀਕ ਹੋ ਗਿਆ।
ਤੇ ਇਨਸ਼ਾਅੱਲਾ ਅਸੀਂ ਵੀ ਜਿਹੜਾ ਨਿਕਲਨੇ ਆ ਹਾਂਜੀ ਤੇ ਅਸੀਂ ਵੀ ਘਰੋਂ ਜੇ ਨਿਕਲਿਆ ਤਕਰੀਬਨ ਜੇ ਨਾ 7-8 ਕਿਲੋਮੀਟਰ ਜੇ ਨਾ ਸਫ਼ਰ ਜੇ ਨਾ ਅਸੀਂ ਕਰਕੇ ਆ ਗਏ ਅੱਗੇ ਜੇ ਨਾ ਤਿਆਰ ਤਾਰ ਸਾਰੀ ਫਿਰ ਜੇ ਨਾ ਕੱਚੇ ਰਸਤੇ ਨਾਲ ਜੇ ਨਾ ਜਾਣਾ ਹੋ ਜਾ ਕੇ ਹਵਾ ਲੱਗ ਰਹੀ ਆ ਮੋਟਰਸਾਈਕਲ ਤੇ ਪਹਿਲੇ ਤੇ ਜੇ ਨਾ ਬਹੁਤ ਜ਼ਿਆਦਾ ਜੇ ਅਸੀਂ ਲਾ ਦੇ ਹਾਂਜੀ ਤੇ ਅਸੀਂ ਜੇ ਤਕਰੀਬਨ ਪਹੁੰਚੇ ਸੋਚਿਆ ਹੈ ਸਪੀਡ ਤੋਂ ਅੱਗੇ ਪਿੱਛੇ ਜੇ ਨਾ ਜਾਣਾ ਰਸਤੇ ਜੇ ਨਾ ਇੱਟਾਂ ਦਾ ਜੇ ਨਾ ਰੋਡ ਆ 16 ਜੇ ਨਾ ਲੱਗਿਆ ਹੋਇਆ ਇਧਰੋਂ ਜਾਣਾ ਸੀ ਰੋਡੋ ਰੋਡ ਨਹੀਂ ਆਇਆ ਇਧਰੋਂ ਜਾਣ ਤਕਰੀਬਨ ਜਾਣਾ 3-4 ਕਿਲੋਮੀਟਰ ਦਾ ਜਾਣਾ ਫਰਕ ਪੈ ਜਾਂਦਾ ਇਸ ਕਰਕੇ ਅਸੀਂ ਜਾਣਾ ਅਸੀਂ ਰੋਡ ਲਵਾਇਆ ਆਇਆ ਇਧਰੋਂ ਪਿੰਡ ਦੇ ਵਿੱਚੋਂ ਜਾਣਾ ਸ਼ਾਰਟਕਟ ਰਸਤਾ ਤੱਕ ਜਾਣਾ ਥੋੜ੍ਹਾ ਜਲਦੀ ਜਾਣਾ ਪਹੁੰਚ ਜਾਵਾਂਗੇ ਹੁਣ ਜਾਣਾ ਥੋੜ੍ਹੀ ਬਹੁਤ ਜਾਣਾ ਠੰਡ ਹੋ ਗਈ ਆ ਤਾਂ ਹੁਣ ਥੋੜ੍ਹੀ ਜਾਣਾ ਉਸ ਵਿੱਚ ਜਾਣਾ ਜੜ ਕੇ ਖਾਸ ਅਤੇ ਇਸੇ ਤਰ੍ਹਾਂ ਮੈਂ ਮੇਰੇ ਕੋਲ ਜਾ ਕੇ ਜਾਣਾ ਰਿਹਾ ਕਿਉਂਕਿ ਸਾਡੇ ਮੋਟਰਸਾਈਕਲ ਸਪੀਡ ਜਾਣਾ ਸਿਰਫ 20 ਦੇ ਆ ਬਸ ਜ਼ਿਆਦਾ ਸਪੀਡ ਜਾਣਾ ਅਸੀਂ ਕੋਈ ਲੈ ਕੇ ਜਾ ਰਹੇ ਬਿਲਕੁਲ ਨਾਰਮਲ ਸਪੀਡ ਛੇਤੀ ਪਹੁੰਚ ਜਾ ਵੀ ਆ ਲੇਕਿਨ ਜੇ ਨਾ ਆਸਤੇ ਆਸਤੇ ਜੇ ਆਰਾਮ ਨਾਲ ਜਾ ਰਿਹਾ ਚੱਲ ਰਿਹਾ ਸੀ ਹੁਣ ਬੰਦ ਪਿਆ ਪਤਾ ਨੀ ਵੈਸੇ ਖਰਾਬ ਆ ਗਿਆ ਕੀ ਚੱਕਰ ਆ ਹੁਣ ਵੀ ਬੰਦ ਪਿਆ ਤਾਈਆਂ ਜੇ ਨਾ ਗੱਡੀ ਖੜੀ ਆ ਪੂਰੇ ਮਹੀਨੇ ਜੇ ਨਾ ਤਾਈ ਲੱਗਣੇ ਸ਼ੁਰੂ ਹੋਣਗੇ ਫਿਰ ਸਰਦੀਆਂ ਤੋਂ ਬਾਅਦ ਜੇ ਨਾ ਤਾਈਆਂ ਛਲੀਆਂ ਜੇ ਇਹਨਾਂ ਸੁਕਾ ਰਹੇ ਨੇ ਬਾਰਾਂ ਸਾਲ ਜੇ ਇਹਨਾਂ ਭੇਜਣੀਆਂ ਸੀ ਕਾਫੀ ਹਾਂਜੀ ਤੇ ਇੱਥੇ ਸਿਸਟਰ ਦੇ ਘਰੇ ਜੇ ਨਾ ਪਹੁੰਚਿਆ ਹੁਣ ਖਤਮ ਦੇ ਜੇ ਨਾ ਟਾਈਮ ਹੋਣ ਵਾਲਾ ਤੇ ਅੱਧਾ ਘੰਟਾ ਪਹਿਲੇ ਜੇ ਨਾ ਚਲੇ ਜਾਣਾ ਕਿਉਂਕਿ ਅੱਧਾ ਘੰਟਾ 35 ਮਿੰਟ ਜੇ ਨਾ ਟਾਈਮ ਪਿਓ ਹੋਇਆ ਤੇ ਚੱਲੇ ਆ ਪਹਿਲੇ ਜੇ ਨਾ ਚਲੇ ਜਾਂਦੇ ਹਾਂ ਚਲੀ ਬਈਆ ਮਤਲਬ ਹਾਂ ਉੱਥੇ ਚੱਲੇ ਆ ਕਿਉਂਕਿ ਉੱਥੇ ਜੇ ਨਾ ਤੰਬੂ ਜੇ ਨਾ ਲੱਗਿਆ ਹੋਇਆ ਲੈ ਦੇਣ ਕਰਕੇ ਨਾਲ ਉੱਥੋਂ ਜਿਹੜਾ ਚਲੇ ਜਾਂਦਾ ਉਹ ਲੰਗਰ ਦਾ ਮਾਸ਼ਾਅੱਲਾ ਜੇ ਨਾ ਵਸੀ ਇੰਤਜ਼ਾਮ ਮਾਸ਼ਾਅੱਲਾ ਤੇ ਖਤਮ ਪੜੀ ਗਿਆ ਅਸੀਂ ਵੀ ਜੇ ਨਾ ਚੱਲੇ ਹੁਣ ਘਰ ਵਾਪਸ ਚੱਲੀਏ ਬਾਈ ਹੁਣ ਫਿਰ ਹਾਂ ਕੁਝ ਦਾ ਘੰਟਾ ਜੇ ਰੁਕਣਾ ਬਾਕੀ ਮਹਿਮਾਨਾਂ ਨੂੰ ਜੇ ਨਾ ਖਾਣਾ ਤਕਸੀਮ ਕਰਕੇ ਜੇ ਨਾ ਆਇਆ ਮਹਿਮਾਨ ਜੇ ਨਾ ਖਾਣਾ ਜੇ ਨਾ ਖਾ ਰਹੇ ਨੇ ਤੇ ਅਸੀਂ ਵੀ ਜੇ ਨਾ ਜਾਣ ਦੀ ਜੇ ਨਾ ਕਰਨੇ ਆ ਤਿਆਰੀ ਕਿਉਂਕਿ ਟਾਈਮ ਵੀ ਤਕਰੀਬਨ ਜੇ ਨਾ 4 ਦਾ ਹੋਣ ਵਾਲਾ ਕਿਉਂਕਿ 2-2:30 ਵਜੇ ਤੀਕਰ ਜੇ ਨਾ ਖਤਮ ਪੜੀ ਜਾ ਤੇ ਫਿਰ ਜੇ ਨਾ ਰੋਟੀ ਸਾਲਾਂ ਜੇ ਤਕਸੀਮ ਕਰਦੇ ਤੀਕਰ ਜੇ ਨਾ ਅੱਧੇ ਘੰਟੇ ਜ਼ਿਆਦਾ ਟਾਈਮ ਜੇ ਨਾ ਲੱਗ ਗਿਆ ਤੇ ਹੁਣ ਜੇ ਚੱਲੇ ਹਾਂ ਘਰੇ ਵੀ ਜੇ ਨਾ ਪਹੁੰਚੇ ਖੜੇ ਹਾਂ ਹਾਂਜੀ ਤੇ ਅਸੀਂ ਜੇ ਨਾ ਚੱਲੇ ਹੁਣ ਜੇ ਨਾ ਘਰ ਵਾਪਸ ਵਾਪਸ ਪਾਈ ਆ ਮੈਂ ਜੇ ਨਾ ਆ ਮੋਟਰਸਾਈਕਲ ਤੋਂ ਘਰ ਦੇ ਅੰਦਰ ਜਾ ਵਾਪਸ ਤੇ ਕਿੰਨਾ ਜੇ ਨਾ 4:30 ਦਾ ਟਾਈਮ ਹੋ ਗਿਆ ਉਹ ਨਾ 5 ਵਜੇ ਤੱਕ ਜੇ ਨਾ ਘਰੇ ਪਹੁੰਚ ਜਾਵਾਂ ਉਹ ਪਿਆਸ ਨਾ ਪਸਰ ਕੇ ਨਾਲ ਦੇ ਕਿਤੇ ਨੂੰ ਤੁਫਾਨ ਅਸੀਂ ਨਾ ਜਦੋਂ ਉੱਪਰ ਚਲੇ ਹੁੰਦਾ ਤੇ ਪਾਣੀ ਜੇ ਨਾ ਉਹ ਵੀ ਜੇ ਆ ਵਾਹਨ ਜੇ ਨਾ ਪਿਆਸ ਨਾ ਜੇ ਨਾ ਚੱਲ ਜੇ ਨਾ ਪਾਣੀ ਪੀ ਜੇ ਹਾਂਜੀ ਤੇ ਘਰੇ ਪਹੁੰਚ ਆਇਆ ਔਰ ਦੁਕਾਨ ਜੇ ਇੰਨਾ ਖੋਲ ਲਈ ਆ ਉਹ ਨੁਮਾਨ ਜੇ ਇੰਨਾ ਬੈਠਾ ਦੁਕਾਨ ਤੇ ਮੈਂ ਵੀ ਮੋਟਰਸਾਈਕਲ ਜੇ ਇੰਨਾ ਕਮਰੇ ਅੰਦਰ ਜੇ ਇੰਨਾ ਡੱਕ ਲਵਾਂ ਔਰ ਕੰਮ ਜੇ ਇੰਨਾ ਕੱਲ੍ਹ ਫਿਰ ਅੱਜ ਸ਼ਾਮ ਨੂੰ ਜੇ ਇੰਨਾ ਮੈਂ ਗਾਰਡਨ ਫੁੱਲ ਪਾਣੀ ਨਾਲ ਫਿਰ ਜੇ ਇੰਨਾ ਭਰ ਦੇਣਾ ਔਰ ਮਾਸ਼ਾਅੱਲਾ ਜੇ ਇੰਨਾ ਬਾਈ ਔਰਾਂ ਜੇ ਰੋਟੀ ਜਿਤਨੀ ਕਿ ਬਿਆਦਰੀ ਆਈ ਸੀ ਸਾਰੇ ਮੱਲੇ ਵਾਲੇ ਆਏ ਸੀ ਪਿੰਡ ਵਾਲੇ ਜੇ ਇੰਨਾ ਆਏ ਸੀ ਸਾਰਿਆਂ ਨੂੰ ਰਜਾ ਕੇ ਰੋਟੀ ਜੇ ਇੰਨਾ ਖਵਾਈ ਨੇ ਕਿਉਂਕਿ ਇੱਕ ਇਹ ਜਿਹੀ ਚੀਜ਼ ਹੁੰਦੀ ਹੈ ਕੈਸਾ ਜੇ ਇੰਨਾ ਟਾਈਮ ਹੁੰਦਾ ਔਰ ਬਿਆਦਰੀ ਸਾਰੇ ਨੇ ਜਿਤਨੇ ਇੱਕ ਰਿਸ਼ਤੇਦਾਰ ਸੀ ਨਾ
ਸਾਰਿਆਂ ਨੇ ਜਿਹੜਾ ਤਾਵਾਂ ਨੂੰ ਜਿੱਤਣਾ ਕੀ ਹੋ ਸਕਦਾ ਨਹੀਂ, ਸਾਰਿਆਂ ਨੇ ਮਿਲ ਕੇ, ਇਹ ਨਹੀਂ ਕਿ ਇੱਕ ਬੰਦੇ ਦੇ ਉੱਪਰ ਜਿਹੜਾ ਬੋਝ ਸਾਰਾ ਜਿਹੜਾ ਪਾਇਆ ਇਹਨੇ, ਸਾਰੀ ਬਿਰਾਦਰੀ ਨੇ ਮਿਲ ਕੇ ਜਿਹੜਾ ਰੋਟੀ ਜਿਹੜਾ ਦਿੱਤੀ ਆ, ਮਤਲਬ ਕਿ ਜਿੰਨਾ ਕੀ ਹੋ ਗਿਆ, ਅਤੇ ਮਤਲਬ ਕਿ ਦੋ ਉਹਨਾਂ ਨੇ ਜਿਹੜਾ ਕੱਟੇ ਜਿਹੜਾ ਇਹ ਕੀਤੇ ਸੀ, ਨਾਲ ਜ਼ਰਦਾ, ਨਾਲ ਜਿਹੜਾ ਕੋਲਡ ਡਰਿੰਕ ਵਗੈਰਾ ਸਾਰੇ ਜਿਹੜੀ ਚੀਜ਼ਾਂ, ਅੱਛੀ ਰੋਟੀ ਜਿਹੜਾ ਸਾਰੇ ਜਿਤਨੇ ਇੱਕ ਮਹਿਮਾਨ ਆਏ ਸੀ ਨਾ, ਸਾਰਿਆਂ ਨੂੰ ਰਜਾ ਕੇ ਜਿਹੜਾ ਉਹਨਾਂ ਨੇ ਖਵਾਈ ਆ ਬਿਰਾਦਰੀ ਸਾਰੇ ਨੇ ਜਿਹੜਾ ਇਕੱਠੇ ਪੈਸੇ ਜਿਹੜਾ ਕਮੇਟੀ ਵਾਂਗ ਕਰਕੇ ਉਰੇ ਸਾਰਾ ਇੰਤਜ਼ਾਮ ਜਿਹੜਾ ਇਕੱਠਾ ਕੀਤਾ, ਕਿਉਂਕਿ ਇਹ ਮਾਸ਼ਾਅੱਲਾ ਜਿਹੜਾ ਸਾਰੇ ਰਿਸ਼ਤੇਦਾਰਾਂ ਜਿਹੜਾ ਗੱਲ ਕਾਫੀ ਸਾਰੀ ਜਿਹੜਾ ਅੱਛੀ ਹੈ, ਔਰ ਹੋਣਾ ਵੀ ਜਿਹੜਾ ਇਹ ਚਾਹੀਦਾ, ਇੱਕ ਗਰ 'ਤੇ ਜਿਹੜਾ ਇੰਨਾ ਜ਼ਿਆਦਾ ਜਿਹੜਾ ਬੋਝ ਨਹੀਂ ਪਾਉਣਾ ਚਾਹੀਦਾ, ਮਿਲ ਜੁਲ ਕੇ ਜਿਹੜਾ ਸਾਰੇ ਕਰ ਲੈਂਦੇ ਨੇ, ਕਿਉਂਕਿ ਅਸੀਂ ਵੀ ਜਿਹੜਾ ਜਿੰਨਾ ਕੁ ਜਿਹੜਾ ਹੋ ਸਕਿਆ ਅਸੀਂ ਵੀ ਜਿਹੜਾ ਤਾਵਨ ਕੀਤਾ ਉਹਨਾਂ ਨੇ ਜਿਹੜਾ ਦਿੱਤਾ ਲਿਆ, ਜਿਤਨੇ ਹੋਰ ਰਿਸ਼ਤੇਦਾਰ ਸੀ ਉਹਨਾਂ ਨੇ ਜਿਹੜਾ ਸਾਰਿਆਂ ਨੇ ਜਿਤਨਾ ਕਿ ਕਿਸੇ ਹੋ ਸਕਿਆ ਨਾ ਸਾਰਿਆਂ ਨੇ ਫੁੱਲ ਜਿਹੜਾ ਤਾਵਨ ਕੀਤਾ। ਹਾਂਜੀ, ਅਤੇ ਮੈਂ ਵੀ ਮੋਟਰਸਾਈਕਲ ਜਿਹੜਾ ਕੱਢ ਲਿਆ, ਖੁੱਟੀ ਜਿਹੜੀ ਲਾਦ ਲਈ, ਚੱਲਿਆ ਜਿਹੜਾ ਸ਼ਹਿਰ, ਸੁਬਹਾ ਤੋਂ ਜਿਹੜਾ ਸਮਾਨ ਜਿਹੜਾ ਲੈ ਆਉਣਾ, ਗੋਸ਼ਤ ਵੀ ਲੈ ਆਉਣਾ, ਔਰ ਦੂਸਰਾ ਚਾਵਲ ਤਾਂ ਜਿਹੜਾ ਪਏ ਹੋਏ ਨੇ, ਅਤੇ ਲੱਕੜਾਂ ਜਿਹੜਾ ਇਹ ਲੈਣੀਆਂ, ਮਸਾਲੇ ਵਗੈਰਾ ਜਿਹੜੇ ਇਹ ਲੈਣੇ, ਕਿਉਂਕਿ ਸਵੇਰੇ ਜਿਹੜਾ ਦੇਗ ਜਿਹੜਾ ਇਹ ਪਕਾ ਕੇ ਜਿਹੜਾ ਤਕਸੀਮ ਕਰਨੀ ਆ। ਔਰ ਠੀਕ ਹੈ, ਤੁਸੀਂ ਦੁਕਾਨ 'ਤੇ ਬਹੋ, ਫਿਰ ਮੈਂ ਜਿਹੜਾ ਲੈ ਆਉਣਾ, ਠੀਕ ਹੈ? ਹਾਂ ਠੀਕ ਹੋ ਗਿਆ, ਔਰ ਮੈਂ ਵੀ ਜਿਹੜਾ ਇਨਸ਼ਾਅੱਲਾ ਜਿਹੜਾ ਚੱਲਣਾ। ਹਾਂਜੀ, ਅਤੇ ਮੈਂ ਵੀ ਘਰੋਂ ਜਿਹੜਾ ਨਿਕਲ ਆਇਆ, ਔਰ ਸਮਾਨ ਜਿਹੜਾ ਉਹ ਦਵਾਈ ਵੀ ਜਿਹੜਾ ਹਾਂਜੀ, ਅਤੇ ਸ਼ਹਿਰ ਜਿਹੜਾ ਮੈਂ ਪਹੁੰਚਿਆ, ਔਰ ਮਸਾਲਾ ਜਿਹੜਾ ਦੇਗ ਵਾਸਤੇ ਜਿਹੜਾ ਲੈ ਰਿਹਾ, 2 ਕਿਲੋ ਜਿਹੜਾ ਪਿਆਜ਼, ਸਬਜ਼ ਮਰਚ 1/2 ਕਿਲੋ, ਨਾਲ ਜਿਹੜਾ ਟਮਾਟਰ 1 ਕਿਲੋ, ਔਰ ਅਦਰਕ ਲਸਣ ਜਿਹੜਾ ਇਹ ਲੈਣੀ, ਸਬਜ਼ ਧਨੀਆ ਬਾਈ ਤਾਰੇ ਕੋਈ ਨਹੀਂ ਹੋਣਾ ਇਸ ਟਾਈਮ ਜਿਹੜਾ, ਸੈਕਿੰਡ ਟਾਈਮ ਜਿਹੜਾ ਬੜਾ ਮੁਸ਼ਕਿਲ ਨਾਲ ਜਿਹੜਾ ਮਿਲਦਾ। ਹਾਂ ਠੀਕ ਹੋ ਗਿਆ, ਕਿੰਨੇ ਹੋ ਗਏ ਮਸਾਲੇ ਦੇ ਬਈ ਪੈਸੇ? 600। ਉਹ ਮੈਂ ਬਾਈ ਨੂੰ ਮਸਾਲੇ ਜਿਹੜਾ ਪੈਸੇ ਜਿਹੜਾ ਦੇ ਲਵਾਂ, ਚਿਕਨ ਵਾਲੇ ਕੋਲ ਜਾਣਾ, ਚਿਕਨ ਜਿਹੜਾ ਉਹ ਵੀ ਲੈਣਾ, ਉਹ ਚਿਕਨ ਜਿਹੜਾ 4 ਕਿਲੋ ਜਿਹੜਾ ਲੈ ਲੈਂਦੇ ਹਾਂ, ਦੇ ਕੇ ਜਿਹੜਾ ਬਹੁਤ ਆ। ਹਾਂਜੀ, ਅਤੇ ਮੈਂ ਵੀ ਸਮਾਨ ਲੈ ਕੇ ਜਿਹੜਾ ਜਾ ਰਿਹਾ ਸੀ, ਔਰ ਬਾਈ ਨਾਲ ਵੀ ਜਿਹੜਾ ਹੋ ਗਈ ਆ ਮੁਲਾਕਾਤ, ਅਤੇ ਮੈਂ ਵੀ ਜਿਹੜਾ ਸਮਾਨ ਲਿਆ, ਦੇਗਾਂ ਦਾ ਇੱਧਰ ਉਹ ਗੋਸ਼ਤ ਜਿਹੜਾ ਉਹ ਵੀ ਲੈ ਲਿਆ, ਸਵੇਰੇ ਜਿਹੜਾ ਦੇਗ ਜਿਹੜਾ ਉਹ ਬਣਾ ਰਿਹਾ ਨਾ ਬਾਈ ਜਾਨ। ਹਾਂ ਚਲੋ ਠੀਕ ਹੈ, ਅਤੇ ਮੈਂ ਵੀ ਜਿਹੜਾ ਚੱਲਣਾ, ਮੈਂ ਰੁਕਾ ਸੀ ਤੇਰੇ ਕੋਲ 10-15 ਮਿੰਟ, ਲੇਕਿਨ ਮੈਂ ਲੱਕੜਾਂ ਲੈਣੀਆਂ ਨੇ, ਲੇਟ ਜੇ ਹੋ ਜਾਵੇ ਕਾਫੀ ਸਾਰੇ। ਮਿਹਰਬਾਨੀ ਭਾਈ, ਠੀਕ ਹੋ ਗਿਆ, ਫਿਰ ਜਦਾ ਚੱਲੇ ਆ ਉੱਥੇ ਜੇ ਲੱਕੜਾਂ ਚੱਲ ਕੇ ਨਹੀਂ ਲੈਣਾ, ਫਿਰ ਜੇ ਨਾ ਘਰ ਚੱਲੇ ਆ। ਹਾਂਜੀ, ਤੇ ਲੱਕੜਾਂ ਵੀ ਜੇ ਨਾ ਲੈ ਲਈ, ਔਰ ਮੈਂ ਜੇ ਨਾ ਚੱਲਿਆ ਹੁਣ ਜੇ ਨਾ ਘਰ ਵਾਪਸ, ਉਹ ਜਿਹੜੀ ਮਣ ਲੱਕੜ ਜੇ ਇਹਨਾਂ ਨੇ ਲੈ ਲਈ ਆ, ਕਿਉਂਕਿ ਦੇਖ ਕੇ ਜੇ ਨਾ 30-35 ਕਿਲੋ ਜਿਹੜੀਆਂ ਜਾਪੀਆਂ ਮਣ ਪੂਰਾ ਜੇ ਨਾ ਲੈ ਲਿਆ, ਔਰ ਹਾਲੀ ਚਿਕਨ ਜਾ ਕੇ ਕਰੇ ਕੋਈ ਕੰਮ ਵਗੈਰਾ ਜੇ ਉਹ ਵੀ ਕਰਨਾ, ਨਾਲ ਜੇ ਨਾ ਅਮੀਨ ਭਾਈ ਨੂੰ ਜੇ ਨਾ ਕਹਿ ਕੇ ਆਉਣਾ, ਤਾਂ ਕਿ ਜੇ ਨਾ ਸਵੇਰੇ ਟਾਈਮ ਨਾਲ ਆ ਜਾਵੇ, ਕਿਉਂਕਿ ਸੈਕਿੰਡ ਟਾਈਮ ਜੇ ਨਾ ਕਰ ਲਵਾਂਗੇ ਫਾਸਟ ਟਾਈਮ ਵਗੈਰਾ ਕਿਤੇ ਧੁੱਪ ਆ ਜਾਣੀਆਂ, ਇਸ ਕਰਕੇ ਸੈਕਿੰਡ ਟਾਈਮ ਜੇ ਕਰ ਲਵਾਂਗੇ ਥੋੜ੍ਹਾ ਜਿਹਾ ਜਿਹੜਾ ਈਜ਼ੀ ਹੋ ਜਾਂਦਾ, ਫਿਰ ਫਾਸਟ ਟਾਈਮ ਦੇ ਵਿੱਚ ਜੇ ਨਾ ਕਾਫੀ ਸਾਰਾ ਘਰ ਦੇ ਕੰਮ ਵਗੈਰਾ ਜੇ ਨਿਕਲ ਆਉਂਦਾ, ਅਤੇ ਸੈਕਿੰਡ ਟਾਈਮ ਜੇ ਥੋੜ੍ਹਾ ਜਿਹਾ ਵਿਹਲਾ ਟਾਈਮ, ਇਸ ਕਰਕੇ ਜੇ ਨਾ ਸੈਕਿੰਡ ਟਾਈਮ ਜੇ ਨਾ ਕਰ ਲਵਾਂਗੇ ਘਰੇ ਚੱਲ ਕੇ ਜੇ ਨਾ ਹਾਰ ਜਾਣਾ। ਹਾਂਜੀ, ਅਤੇ ਘਰੇ ਜੇ ਨਾ ਮੈਂ ਪਹੁੰਚ ਆਇਆ, ਉਹ ਚਿਕਨ ਜੇ ਨਾ ਫ੍ਰਿਜ ਰੱਖ ਦਿੰਦੇ ਹਾਂ, ਬਾਕੀ ਮਸਾਲਾ ਜਿਹੜਾ ਮਾਸ਼ਾਅੱਲਾ ਸਾਰਾ ਜਿਹੜਾ ਲੈ ਕੇ ਆ ਗਏ, ਹੁਣ ਮੈਂ ਗਿਆ ਥੱਕਿਆ ਹੋਇਆ ਤਾਂ ਕਾਫੀ ਸਾਰਾ ਸੀ, ਕਿਉਂਕਿ ਅਗਲੇ ਸਫ਼ਰ ਜਿਹੜਾ ਕਾਫੀ ਸਾਰਾ ਜਿਹੜਾ ਬਣ ਜਾਂਦਾ, ਲੇਕਿਨ ਮੈਂ ਕਿ ਜੇ ਸਵੇਰੇ ਫਸਟ ਟਾਈਮ ਜਾਣ ਨਾਲ ਜਿਹੜਾ ਦੁਕਾਨ ਸਾਫ਼ ਵਗੈਰਾ ਮਸਾਲੇ ਇਮਲੀ ਵਗੈਰਾ ਗਰਮ ਮਸਾਲਾ ਵਗੈਰਾ ਜਿਹੜਾ ਸਾਰੀ ਚੀਜ਼, ਔਰ ਗਰਮ ਮਸਾਲਾ ਜਿਹੜਾ ਦੂਸਰਾ ਫੁੱਲ ਆ ਕੇ ਅਸੀਂ ਡੱਬੇ ਵਾਲੇ ਮਸਾਲੇ ਤਾਂ ਮੇਰੇ ਕੋਲ ਪਏ ਸੀ, ਹੁਣ ਫਿਰ ਜਿਹੜਾ ਚੱਕਰ ਲੱਗਣਾ ਮੈਂ ਉੱਥੇ ਜਿਹੜਾ ਦੇਖਿਆ ਹੀ ਨਹੀਂ, ਚਲੋ ਔਰ ਬਾਕੀ ਜਿਹੜਾ ਚਿਕਨ ਰੱਖ ਦਿੰਦੇ ਮਸਾਲਾ ਇਹਦਾ ਵੀ ਸਰ ਇਹ ਫੜੇ ਨਾ ਮੈਂ ਅੰਦਰ ਰੱਖ ਲਵਾਂ, ਚਲੋ ਤੰਦੂਰ ਜਿਹੜਾ ਸਾਡਾ ਇੱਥੇ ਹੀ ਜਿਹੜਾ ਪਿਆ ਹੋਇਆ, ਟਾਈਮ ਨਹੀਂ ਲੱਗਿਆ ਜਿਹੜਾ ਰੱਖਣ ਦਾ, ਉਹ ਲੱਕੜਾ ਇੱਥੇ ਜਿਹੜਾ ਬਹਿਰ ਹੀ ਰੱਖ ਲਈ, ਔਰ ਫਿਰ ਜਾਣਾ ਜਾ ਕੇ ਮੀਨ ਪਾਈ ਨਹੀਂ ਜਿਹੜਾ ਕਹਿ ਜਾਂਦਾ ਸ਼ਾਮ ਤੋਂ ਪਹਿਲਾਂ ਪਹਿਲੇ ਪਰ ਆ ਜਾ ਲਈ ਮਸਾ ਜੀ।
ਲੱਕੜ ਲੱਗਦੀ ਪਰ ਹੋ ਜਾ ਮੋਟੀ ਲੱਕੜ ਜਿਹੜੀ ਨਾ ਮਿਲੀ ਕੋਈ ਨਹੀਂ ਪਿਛਲੀ ਦਫ਼ਾ ਜਿਹੜੀ ਮੋਟੀ ਲੱਕੜ ਮੈਂ ਲੈ ਆਉਂਦੀ ਸੀ ਲੇਕਿਨ ਉਹ ਇਸ ਵਕਤ ਕੋਈ ਨਹੀਂ ਮਿਲੀ ਹੈ ਔਰ ਹੁਣ ਸੁੱਕੀਆਂ ਨੇ ਮਾਣੇ ਜਿਹੜੀ ਨੇ ਇਤਨੀਆਂ ਜ਼ਿਆਦਾ ਲੱਕੜਾਂ ਜਿਹੜੀਆਂ ਆ ਜਾਂਦੀਆਂ ਸਰਦੀਆਂ 'ਚ ਇਹਨਾਂ ਨੂੰ ਅੱਧੀਆਂ ਆਉਂਦੀਆਂ ਸਿੰਨੀਆਂ ਹੁੰਦੀਆਂ ਨੇ ਬਿਲਕੁਲ ਅਗਲੇ ਚੌਂਕ ਤੋਂ ਜਿਹੜਾ ਇੰਜ ਖੱਬੀ ਸਾਈਡ ਤੋਂ ਮੁੜ ਕੇ ਪਰਲੀ ਕੁੱਕਰ ਦੇ ਸਕੂਲ ਦੇ ਕੋਲ ਜਿਹੜਾ ਘਰ ਆ ਮੈਂ ਘਰੋਂ ਜਿਹੜਾ ਮੀਨ ਬਾਈ ਦਾ ਜਿਹੜਾ ਪਤਾ ਕੀਤਾ ਲੇਕਿਨ ਘਰੇ ਖੁਦ ਮਿਲਿਆ ਕਹਿ ਰਹੇ ਕਿ ਪੱਠੇ ਜਿਹੜਾ ਕਟਾਈ ਕਰਨ ਜਾਣਗੇ ਮੈਂ ਵੀ ਜਿਹੜਾ ਜਾ ਰਿਹਾ ਇੱਧਰ ਫਸਲਾਂ ਮੈਂ ਕਿ ਜਿਹੜਾ ਹੁਣ ਕਹਿ ਲੈਂਦੇ ਹਾਂ ਸਵੇਰੇ ਫਸਟ ਟਾਈਮ ਜਿਹੜਾ ਉਹਨੇ ਘਰੇ ਜਿਹੜਾ ਫਿਰ ਕੋਈ ਨਹੀਂ ਮਿਲਣਾ ਕਿਉਂਕਿ ਸਵੇਰੇ ਫਸਟ ਟਾਈਮ ਵੀ ਜਿਹੜਾ ਮੱਝਾਂ ਮੱਝ ਜਿਹੜਾ ਪੱਠੇ ਬਣਾਉਣ ਵਾਸਤੇ ਜਿਹੜਾ ਨਿਕਲ ਜਾਂਦਾ ਮੈਂ ਜਿਹੜਾ ਹੁਣ ਕਹਿ ਲੈਂਦੇ ਇੱਧਰੋਂ ਜਿਹੜਾ ਕਹਿ ਰਹੇ ਮਕਈ ਜਿਹੜਾ ਵੱਢਣ ਗਿਆ ਹੋਇਆ ਉਹਨੂੰ ਕਹਿ ਕੇ ਫਿਰ ਜਿਹੜਾ ਚੱਲੇ ਹਾਂ ਘਰ ਵਾਪਸ ਔਰ ਘਰ ਵੀ ਜਿਹੜਾ ਸਾਡੇ ਉਹ ਪਿੱਛੇ ਜਿਹੜਾ ਰਹਿ ਗਏ ਔਰ ਫਿਰ ਲਾਲ ਜਿਹੜਾ ਇੱਥੋਂ ਜਿਹੜਾ ਸਾਰਾ ਜਿਹਨ ਦੇਖ ਰਿਹਾ ਮਕਈ ਇੱਥੇ ਵੀ ਜਿਹੜਾ ਕੋਈ ਨਹੀਂ ਨੇ ਔਰ ਉਹ ਸਾਹਮਣੇ ਜਿਹੜਾ ਮਕਈ ਨੂੰ ਜਿਹੜਾ ਹੱਥ ਲੱਗਿਆ ਹੋਇਆ ਉੱਥੇ ਜਿਹੜਾ ਚੱਲ ਕੇ ਪਤਾ ਕਰ ਲਈਆਂ ਜੇ ਅਗਰ ਉਹ ਉੱਥੇ ਮਿਲ ਗਿਆ ਤਾਂ ਠੀਕ ਹੈ ਨਾ ਫਿਰ ਜਿਹੜਾ ਘਰ ਵਾਪਸ ਚੱਲਣੇ ਆ ਰਾਤ ਨੂੰ ਜਿਹੜਾ ਫਿਰ ਆਵਾਂਗੇ ਹੁਣ ਮੈਨੂੰ ਜਿਹੜਾ ਲੇਟ ਹੋ ਗਈ ਬੇਗਮ ਨੇ ਜਿਹੜਾ ਅੱਜ ਤੱਕ ਰੋਟੀ ਸਾਲਾਂ ਦਾ ਕਰਨਾ ਸ਼ਾਇਦ ਰੋਟੀ ਸਾਲਾਂ ਦਾ ਨਾ ਹੀ ਕਰੀ ਰੋਟੀ ਕਰਕੇ ਲੇਕਿਨ ਪਾਉਣ ਦੇ ਉਹਨਾਂ ਨੂੰ ਕਾਫੀ ਟਾਈਮ ਹੋ ਗਿਆ ਜਿਹੜਾ ਬੈਠੀਆਂ ਹਨ ਔਰ ਇੱਥੋਂ ਜਿਹੜਾ ਪਤਾ ਕਰ ਲੈਂਦੇ ਹਾਂ ਜੇ ਮਿਲ ਗਏ ਤਾਂ ਔਰ ਅਮੀਨ ਬਾਈ ਜਿਹੜਾ ਮੈਨੂੰ ਮਿਲ ਗਿਆ ਸਾਹਮਣੇ ਜਿਹੜਾ ਆ ਰਹੇ ਨੇ ਔਰ ਇਹਨਾਂ ਜਿਹੜਾ ਕਹਿ ਰਹੇ ਕਿਉਂਕਿ ਜਿਹੜਾ ਮੱਝਾਂ ਵਗੈਰਾ ਜਿਹੜਾ ਬਾਈ ਹੋਰਾਂ ਕੋਲ ਮਾਸ਼ਾਅੱਲਾ ਜਿਹੜਾ ਕਾਫੀ ਸਾਰੀਆਂ ਨੇ ਇਸ ਕਰਕੇ ਉਹਨਾਂ ਵਾਸਤੇ ਜਿਹੜਾ ਪੱਠੇ ਵਗੈਰਾ ਜਿਹੜਾ ਸੁਬਹ ਹੀ ਬਣਾਉਂਦੇ ਨੇ ਸ਼ਾਮ ਟਾਈਮ ਹੀ ਬਣਾਉਂਦੇ ਸਵੇਰੇ ਫਸਟ ਟਾਈਮ 'ਤੇ ਜਿਹੜਾ ਧੁੱਪ ਹੁੰਦੀ ਇਸ ਕਰਕੇ ਜਿਹੜਾ ਸਲਾਮੁਅਲੈਕੁਮ ਬਾਈ ਜਾਨ ਬੜਾ ਲੱਭਿਆ ਤੈਨੂੰ ਪੂਰਾ ਪਹਿਲੇ ਪਿੰਡ ਲੱਭਿਆ ਬਾਅਦ ਵਿੱਚ ਜਿਹੜਾ ਪਤਾ ਚੱਲਿਆ ਇੱਥੇ ਮਕਈ ਜਿਹੜਾ ਬਣਾਉਣ ਆਇਆ ਸੁਬਹ ਬਾਈ ਜਾਨ ਜਿਹੜਾ ਦੇਗ ਪਕਾਉਣੀ ਆ ਕਿਸ ਟਾਈਮ ਕਾਲ ਮੈਂ ਤਾਂ ਕਹਿੰਦਾ ਸੈਕਿੰਡ ਟਾਈਮ ਸਹੀ ਰਸਿਆ ਨਹੀਂ ਪਿਛਲੇ ਟਾਈਮ ਦੋ ਵਜੇ ਪਿੱਛੇ ਪਿੱਛੇ ਆ ਜਾਏ ਠੀਕ ਹੋ ਗਿਆ ਮੈਂ ਹੁਣ ਆਖ ਲਵਾਂ ਉਹਨੂੰ ਸਵੇਰੇ ਜਿਹੜਾ ਬੰਦਾ ਫਿਰ ਨਾ ਕਿਤੇ ਨਹੀਂ ਠੀਕ ਹੋ ਗਿਆ ਚਲੋ ਠੀਕ ਹੋ ਗਿਆ ਠੀਕ ਹੈ ਦੋ ਵਜੇ ਤੇਰੇ ਕੋਲ ਠੀਕ ਹੋ ਗਿਆ ਬਾਈ ਜਾਨ ਮਿਹਰਬਾਨੀ ਚੱਲਣਾ ਚਲੋ ਇਹ ਕੰਮ ਤਾਂ ਜਿਹੜਾ ਹੋ ਗਿਆ ਕੰਪਲੀਟ ਮੈਂ ਵੀ ਜਾਣ ਚੱਲਣਾ ਔਰ ਸੂਰਜ ਵੀ ਜਿਹੜਾ ਗਰੂਬ ਹੋਣ ਵਾਲਾ ਔਰ ਸ਼ਾਮ ਟਾਈਮ ਫਸਲਾਂ 'ਚ ਜਿਹੜਾ ਸੂਰਜ ਕਿੰਨਾ ਪਿਆਰਾ ਜਿਹੜਾ ਲੱਗ ਰਿਹਾ ਔਰ ਇੱਥੇ ਜਿਹੜਾ ਕੱਚੇ ਰਸਤਿਆਂ 'ਤੇ ਜਿਹੜਾ ਲਾਗ ਵੀ ਜਿਹੜਾ ਸਮਝ ਲਓ ਕਾਫੀ ਸਾਰਾ ਜਿਹੜਾ ਵਾਈ ਪ੍ਰੈਸ਼ਰ ਬੰਦਾ ਹਲਦਾ ਇੱਧਰ ਉੱਧਰ ਜਿਹੜਾ ਇੱਕ ਕਨਫਰਮ ਜਿਹੜੇ ਗੱਲ ਵੀ ਜਿਹੜਾ ਸਮਝ ਨਹੀਂ ਆਉਂਦੀ ਕਾਫੀ ਸਾਰੇ ਬੈਂਡ ਵੀ ਜਿਹੜਾ ਕਮੈਂਟ ਕਰਦੇ ਕਿ ਯਾਰ ਬਾਈ ਜਿਹੜਾ ਮੋਟਰਸਾਈਕਲ 'ਤੇ ਜਿਹੜਾ ਤੁਸੀਂ ਲਾਗ ਬਣਾਉਂਦੇ ਹੋ ਨਾ ਕਦੇ ਸੁਣ ਕੇ ਜਿਹੜਾ ਚੈੱਕ ਕੀਤਾ ਕਰੋ ਕਿੱਡੀ ਤਰ੍ਹਾਂ ਤੁਹਾਨੂੰ ਹੈ ਅਤੇ ਲੇਕਿਨ ਜਿਹੜਾ ਵੈਸੇ ਜਿਹੜਾ ਮੈਂ ਆਖਿਆ ਆਪਣਾ ਪਿੰਡ ਜਿਹੜਾ ਐਦਲੀ ਸਾਈਡ ਵੱਲ ਸਮਝ ਲਓ ਕਿ ਮੇਰਾ ਪਹਿਲਾ ਫਸਟ ਵਲਾਗ ਆ
ਇਹ ਸਾਈਡ ਵਾਲੀ ਪਿੰਡ ਦੀ ਅਗਲੀ ਸਾਈਡ ਤੇ ਮੈਂ ਵਲੌਗ ਦੇਣਾ ਕੋਈ ਨਹੀਂ ਬਣਾਇਆ, ਪਰਲੀ ਸਾਈਡ ਦਾ ਜਿਹੜਾ ਸ਼ਹਿਰ ਨੂੰ ਚੱਕਰ ਲਾਈਦਾ ਨਾ ਉਸ ਸਾਈਡ ਵੱਲ ਤੇ ਜਿਹੜਾ ਮੈਂ ਵਲੌਗ ਦੇਣਾ ਪਿੰਡ ਦਾ ਜਿਹੜਾ ਬਣਾ ਲੈਣਾ ਕਾਫੀ ਦਫਾ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ, ਲੇਕਿਨ ਪਿੰਡ ਦੀ ਇਸ ਸਾਈਡ ਵੱਲ ਜਿਹੜਾ ਫਿਲਹਾਲ ਜਿਹੜਾ ਮੇਰਾ ਪਹਿਲਾ ਵਲੌਗ ਆ, ਇਸ ਤੋਂ ਪਹਿਲਾਂ ਜਿਹੜਾ ਇਸ ਸਾਈਡ ਵੱਲ ਜਿਹੜਾ ਮੈਂ ਪਿੰਡ ਤੇ ਵਲੌਗ ਜਿਹੜਾ ਨਹੀਂ ਬਣਾਇਆ, ਔਰ ਉਹ ਸਾਹਮਣੇ ਰੋਡ ਤੇ ਜਿਹੜਾ ਸਾਡੇ ਘਰ ਖੜੇ ਨੇ ਤੋੜ ਚਿੱਕਰ ਦੇਣਾ, ਉਧਰ ਰੋਡ ਰਹਿ ਗਿਆ ਔਰ ਮੈਨੂੰ ਪਿੰਡ ਤੋਂ ਉਪਲੀ ਚੱਕਰ ਜਿਹੜਾ ਲਾ ਕੇ ਫਿਰ ਜਿਹੜਾ ਘਰ ਜਾਣਾ ਪੈਣਾ, ਇੱਥੋਂ ਉਹ ਸਾਹਮਣੇ ਜਿਹੜਾ ਘਰ ਖੜੇ ਨੇ ਸਾਡੇ, ਔਰ ਸ਼ਾਮ ਟਾਈਮ ਪਿੰਡ ਔਰ ਸਾਡੇ ਹੈ ਪਿੰਡ ਦਾ ਜਿਹੜਾ ਰਸਤਾ ਇੱਧਰ ਦੂਸਰੇ ਪਿੰਡ ਨੂੰ ਜਾਂਦਾ, ਸ਼ਹਿਰ ਨੂੰ ਨਹੀਂ ਜਾਂਦਾ, ਦੂਸਰੇ ਪਿੰਡ ਨੂੰ ਰਸਤਾ ਜਾਂਦਾ, ਪਿੰਡ ਦੇ ਵਿੱਚੋਂ ਦੂਸਰੇ ਪਿੰਡ ਨੂੰ ਰਸਤਾ ਜਾਂਦਾ, ਫਿਰ ਉਸ ਪਿੰਡ ਤੋਂ ਅਗਲੇ ਪਿੰਡ ਨੂੰ ਰਸਤਾ ਜਾਂਦਾ, ਇਸ ਤਰ੍ਹਾਂ ਦਾ ਹਿਸਾਬ ਆ, ਅਤੇ ਉਧਰਲੀ ਸਾਈਡ ਤੋਂ ਜਿਹੜਾ ਰਸਤਾ ਭਰਿਆ ਜਾਣਾ ਸਾਡੇ ਪਿੰਡ ਜਿਹੜਾ ਸ਼ਹਿਰ ਨੂੰ ਜਾਂਦਾ, ਔਰ ਇੱਕ ਟੂ ਵੱਲ ਜਿਹੜਾ ਉਹ ਪਿੱਛੇ ਲੱਗੇ ਹੋਏ ਸੀ ਪਿੰਡ ਦਾ, ਔਰ ਇੱਕ ਟੂ ਵੱਲ ਜਿਹੜਾ ਇੱਥੇ ਜਿਹੜਾ ਲੱਗਿਆ ਹੋਇਆ। ਹਾਂਜੀ, ਅਤੇ ਅਮੀਨ ਬਾਈ ਨੂੰ ਜਿਹੜਾ ਮੈਂ ਕਹਿ ਕੇ ਘਰ ਵਾਪਸ ਜਿਹੜਾ ਆ ਗਿਆ, ਔਰ ਬਾਕੀ ਵਲਾਗ ਹੀ ਤੁਸੀਂ ਦੇਖਿਆ, ਅਮੀਨ ਬਾਈ ਨੂੰ ਅੱਜ ਲੱਭਿਆ ਜਿਹੜਾ ਮੈਂ ਬੜੀ ਮੁਸ਼ਕਿਲ ਨਾਲ, ਪਿੰਡ ਤੋਂ ਦੂਰ ਜਿਹੜਾ ਮਕਈ ਹੈ ਜਿਹੜਾ ਪੱਠੇ ਜਿਹੜਾ ਮਕਈ ਜਿਹੜਾ ਕਟਾਈ ਕਰ ਰਿਹਾ, ਮੈਂ ਕਿ ਜਿਹਾ ਹੁਣ ਆ ਕਹਿ ਕੇ ਜਾਂਦੇ ਹਾਂ ਨਾ, ਫਿਰ ਅਗਲੇ ਨੂੰ ਪਤਾ ਹੋਵੇ ਜਿਹੜਾ ਵੀ ਸਵੇਰੇ ਮੈਂ ਉੱਧਰ ਜਿਹੜਾ ਦੇਗ ਪਕਾਉਣੀ ਆ। ਔਰ ਜੀ ਅੱਜ ਦੇ ਵਾਲਾ ਵਲਾਗ ਵੀ ਕਰ ਰਹੇ ਇੱਥੇ ਖਤਮ, ਇਨਸ਼ਾਅੱਲਾ ਮਿਲਦੇ ਹਾਂ ਇੱਕ ਨੈਕਸਟ ਅੱਛੇ ਵਲਾਗ ਦੇ ਵਿੱਚ, ਆਪਣਾ ਢੇਰ ਸਾਰਾ ਖਿਆਲ ਰੱਖਿਆ ਜੇ, ਦੁਆਵਾਂ 'ਚ ਯਾਦ ਰੱਖਿਆ ਜੇ, ਦੁਆਵਾਂ ਦੇ ਇਜਾਜ਼ਤ, ਅੱਲਾ ਹਾਫਿਜ਼।